ਅਸੀਂ ਕੇਂਦਰ ਨੂੰ ਲਿਖਿਆ ਕਿ ਇਹਨੂੰ ਮਿਲ ਕੇ ਕਰਦੇ ਹਾਂ ਹੱਲ, ਅਤੇ ਦਿੱਲੀ ਉਹਦੇ ਵਿੱਚ 500 ਰੁਪਈਆ ਪਾਉਣ ਨੂੰ ਤਿਆਰ ਹੈ ਪਰ ਏਕੜ, ਪੰਜਾਬ 500 ਰੁਪਈਆ ਪਾਉਣ ਨੂੰ ਤਿਆਰ ਹੈ ਪਰ ਏਕੜ, 1500 ਰੁਪਈਆ ਅਸੀਂ ਜਿਹੜਾ ਏਅਰ ਕੁਆਲਿਟੀ ਕਮਿਸ਼ਨ ਤੋਂ ਮੰਗਿਆ ਕਿ ਉਹ ਬਾਈ ਜੀ 2500 ਰੁਪਈਆ ਪਰ ਏਕੜ ਅਸੀਂ ਕਿਸਾਨ ਨੂੰ ਦੇ ਦਈਏ, ਕਿਉਂਕਿ ਦੇਖੋ ਪਰਾਲੀ ਨੂੰ ਅੱਗ ਲਾਉਣ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ 10 ਦਿਨ ਹੀ ਮਿਲਦੇ ਆ ਅਗਲੀ ਫਸਲ ਬੀਜਣ ਨੂੰ, 10 ਦਿਨਾਂ 'ਚ ਉਹ ਕਿਤੇ ਨਹੀਂ ਲੈ ਕੇ ਜਾ ਸਕਦਾ ਪਰਾਲੀ ਨੂੰ। ਹਾਲਾਂਕਿ ਕਿਸੇ ਵੀ ਕਿਸਾਨ ਦਾ ਆਪਦਾ ਦਿਲ ਨਹੀਂ ਕਰਦਾ ਪਰਾਲੀ ਨੂੰ ਅੱਗ ਲਾਉਣ ਨੂੰ, ਕਿਉਂਕਿ ਸਭ ਤੋਂ ਪਹਿਲਾਂ ਤਾਂ ਧੂੰਆਂ ਉਹਦੇ ਅਤੇ ਉਹਦੇ ਬੱਚਿਆਂ ਦੇ ਫੇਫੜਿਆਂ ਵਿੱਚ ਵੀ ਲੰਘਦਾ ਨਾ, ਉਹ ਇੱਧਰ ਉੱਧਰ ਤਾਂ ਬਾਅਦ 'ਚ ਜਾਂਦਾ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਵਾਰ ਪਰਾਲੀ ਨੂੰ ਇੱਕ ਜਗ੍ਹਾ 'ਤੇ ਢੇਰ ਲਵਾ ਕੇ ਅਸੀਂ ਬਾਅਦ ਦੇ ਵਿੱਚ ਉਹਨੂੰ ਬਾਇਓ ਗੈਸ ਪਲਾਂਟਾਂ ਦੇ ਵਿੱਚ ਲੈ ਜਾਵਾਂਗੇ, ਕਿਸਾਨਾਂ ਨੂੰ ਕੋਈ ਇਨਸੈਂਟਿਵ ਦੇਈਏ, ਕੋਈ ਵਿੱਤੀ ਸਹਾਇਤਾ ਦੇਈਏ, ਅਤੇ ਅਗਲੇ ਸਾਲ ਤੋਂ ਅਸੀਂ ਸੂਰਜਮੁਖੀ, ਅਸੀਂ ਬਾਜਰਾ, ਅਸੀਂ ਸਰੋਂ, ਅਸੀਂ ਜਿਹੜਾ ਦਾਲਾਂ ਸਬਜ਼ੀਆਂ ਇਹੋ ਜਿਹੀਆਂ ਫਸਲਾਂ ਵੱਲ ਚੱਲੀਏ ਜਿਹੜੀਆਂ ਪਾਣੀ ਨਹੀਂ ਮਤਲਬ ਖਰਚਦੀਆਂ, ਜਿਹਨਾਂ 'ਤੇ ਪਾਣੀ ਜ਼ਿਆਦਾ ਖਰਚ ਨਹੀਂ ਹੁੰਦਾ, ਤਾਂ ਕਿ ਆਪਾਂ ਧਰਤੀ ਵਾਲਾ ਜਿਹੜਾ ਪਾਣੀ ਆ ਬਚਾ ਸਕੀਏ। ਇਜ਼ਰਾਈਲ ਦੀ ਇੱਕ ਕੰਪਨੀ, ਉਹਨਾਂ ਨਾਲ ਮੇਰੀ ਮੀਟਿੰਗ ਹੋਈ ਹੈ, ਉਹ ਕਹਿੰਦੇ ਅਸੀਂ ਕਿਹੋ ਜਿਹਾ ਸਿਸਟਮ ਹੈ ਸਾਡੇ ਕੋਲ ਕਿ ਆਪਾਂ, ਸਾਨੂੰ ਤੁਸੀਂ ਦੱਸ ਦਿਓ ਕਿਹੜੇ ਕਿਹੜੇ ਡਾਰਕ ਜ਼ੋਨ ਨੇ, 150 ਜ਼ੋਨ ਨੇ ਪੰਜਾਬ ਦੇ ਵਿੱਚ ਪਾਣੀ ਦੇ, ਉਹ 117 ਡਾਰਕ ਜ਼ੋਨ ਨੇ, ਜਿਹੜੇ 33 ਬੱਚੇ ਨੇ ਉਹ ਆਹ ਏਰੀਆ ਜਿੱਥੋਂ ਦਾ ਪਾਣੀ ਖਾਰਾ ਹੈ, ਸੇਮ ਨਾਲੇ ਚੱਲਦੇ ਨੇ, ਇਹ ਵੀ ਪੀਣ ਵਾਲਾ ਨਹੀਂ, ਇਹਦਾ ਮਤਲਬ 150 ਦੇ 50 ਡਾਰਕ ਜ਼ੋਨ ਨੇ। ਸੋ ਅਸੀਂ ਪਾਣੀ ਨੂੰ, ਪਾਣੀ ਦੇ ਪੱਧਰ ਨੂੰ ਉੱਪਰ ਲੈ ਕੇ ਆਉਣ ਲਈ ਜਿਸ ਪੱਧਰ 'ਤੇ ਵੀ ਸਾਨੂੰ ਕੌਮਾਂਤਰੀ ਸਹਾਇਤਾ ਵਿੱਚ ਚਾਹੇ ਲੈਣੀ ਪਵੇ ਅਸੀਂ ਲੈ।